ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਵੀਨ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਜੌਬ ਗੁਰੂ ਪੰਜਾਬ ਦੇ ਵਿੱਚ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਪੰਜਾਬ ਪੁਲਿਸ ਕਾਂਸਟੇਬਲ ਦੀ ਇੱਕ ਲਿਸਟ ਆਵੇਗੀ ਜੀ ਸੈਕੰਡ ਹੁਣ ਉਹ ਕਿਹੜੀ ਲਿਸਟ ਆਵੇਗੀ ਜੀ ਉਹਦੇ ਬਾਰੇ ਚਰਚਾ ਕਰਨੀ ਹੈ ਅੱਜ ਆਪਾਂ ਤੇ ਬਾਕੀ ਤੁਹਾਨੂੰ ਇਹ ਵੀ ਦੱਸਣਾ ਹੈ ਵੀ ਉਹ ਲਿਸਟ ਦੇ ਵਿੱਚ ਕਿਹਨਾ-ਕਿਹਨਾ ਦਾ ਨਾਮ ਆਵੇਗਾ ਵੀ ਘੱਟ ਨੰਬਰਾਂ ਵਾਲੇ ਦਾ ਚਾਂਸ ਹੈਗਾ ਜਾਂ ਨਹੀਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੇ ਆਪਾਂ ਜੀ ਜਿਹੜੇ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਚੈਨਲ ਸਬਸਕ੍ਰਾਈਬ ਕਰ ਲਓ ਤੇ ਹੁਣ ਜਿਹੜੀ ਮੇਨ ਗੱਲ ਹੈ ਜੀ ਆਪਾਂ ਪੰਜਾਬ ਕੇ ਪੰਜਾਬ ਪੁਲਿਸ ਕਾਂਸਟੇਬਲ ਦੀ ਡਿਸਟ੍ਰਿਕਟ ਕੈਡਰ ਦੀ ਵੀ ਇਹਦੇ ਵਿੱਚ ਜਿਹੜੀ ਆਰਮਡ ਕੈਡਰ ਤੇ ਡਿਸਟ੍ਰਿਕਟ ਕੈਡਰ ਦੇ ਵਿੱਚ ਫਰਕ ਹੈ ਜੀ ਡਿਸਟ੍ਰਿਕਟ ਕੈਡਰ ਤੇ ਆਰਮਡ ਕੈਡਰ ਦੇ ਵਿੱਚ ਕੀ ਫਰਕ ਹੈ ਜੀ ਜਿਹੜੀ ਡਿਸਟ੍ਰਿਕਟ ਕੈਡਰ ਦੀਆਂ ਪੁਲਿਸ ਨੇ ਉਹ ਆਪਦੇ ਆਪ ਦੀ ਡਿਸਟ੍ਰਿਕਟ ਦੇ ਵਿੱਚ ਲੱਗੇਗੀ ਠੀਕ ਹੈ ਡਿਊਟੀ ਤੇ ਜਿਹੜੀ ਆਰਮਡ ਕੈਡਰ ਆ ਗਈ ਜੀ ਆਰਮਡ ਕੈਡਰ ਦੇ ਵਿੱਚ ਤੁਹਾਨੂੰ ਪਹਿਲਾਂ ਹੀ ਦੱਸ ਦਿੰਨਾ ਆਰਮਡ ਕੈਡਰ ਦੇ ਵਿੱਚ ਜਿਹੜੀਆਂ ਡਿਊਟੀਆਂ ਨੇ ਜੀ ਉਹ ਵੱਡੇ ਵੱਡੇ ਅਫਸਰ ਹੋਗੇ ਜੀ ਡੀਐਸਪੀ ਪੀਸੀਐਸ ਅਫਸਰ ਜਿਹੜੇ ਵੀ ਅਫਸਰ ਨੇ ਜੀ ਉਹਨਾਂ ਦੇ ਮਤਲਬ ਕਿ ਸਿਕਿਉਰਿਟੀ ਗਾਰਡ ਲਾ ਲੋ ਉਹਨਾਂ ਦੇ ਮਤਲਬ ਕਿ ਜਿਹੜੇ ਸਿਕਿਉਰਿਟੀ ਗਾਰਡ ਹੁੰਦੇ ਹੁੰਦੇ ਨੇ ਉਹਨਾਂ ਦੇ ਨਾਲ ਲੱਗਦੀ ਹੈ ਡਿਊਟੀ ਠੀਕ ਹੈ ਇਹ ਫਰਕ ਹੈ ਜੀ ਇਹਨਾਂ ਡਿਸਟ੍ਰਿਕਟ ਕੈਡਰ ਤੇ ਆਰਮਡ ਕੈਡਰ ਦੇ ਵਿੱਚ ਹੁਣ ਆਪਾਂ ਸਭ ਨੂੰ ਪਤਾ ਜੀ ਜਿਹੜੀ ਲਿਸਟ ਕੱਢੀ تھی ਜੀ ਇਹਨਾਂ ਨੇ ਉਹਦੇ ਵਿੱਚ ਡਿਸਟ੍ਰਿਕਟ ਕੈਡਰ ਤੇ ਆਰਮਡ ਕੈਡਰ ਦੇ ਵਿੱਚ ਕੰਪਿਊਟਰ ਨੇ ਆਟੋਮੈਟਿਕ ਨਾਮ ਚੱਕੇ ਗਏ ਤੇ ਜੀ ਉਹ ਸਾਰਿਆਂ ਦੇ ਮਤਲਬ ਕੀ ਆਪਦੇ ਆਪ ਡਿਸਟ੍ਰਿਕਟ ਕੇਡਰ ਦੇ ਵਿੱਚ ਸਿਲੈਕਟ ਹੋ ਗਏ ਜੀ ਅੱਧੇ ਬੱਚੇ ਤੇ ਆਟੋਮੈਟਿਕ ਹੀ ਆਰਮਡ ਕੇਡਰ ਦੇ ਵਿੱਚ ਦੋਨਾਂ ਕੇਡਰਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਸਿਲੈਕਟ ਹੋ ਚੁੱਕੇ ਨੇ ਤੇ ਹੁਣ ਜਿਹੜੇ-ਜਿਹੜੇ ਬੱਚੇ ਆਪਦੇ ਆਪ ਨੂੰ ਡਿਸਟ੍ਰਿਕਟ ਕੇਡਰ ਦੇ ਵਿੱਚ ਲੈਣਾ ਚਾਹੁੰਦੇ ਨੇ ਤੇ ਆਰਮਡ ਕੇਡਰ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਦੀ ਚੁਆਇਸ ਹੈ ਜੀ ਆਪਣੀ ਆਪਾਂ ਨੇ ਪਹਿਲਾਂ ਹੀ ਫਿੱਲ ਕੀਤੀ ਸੀ ਜੀ ਜਦੋਂ ਪੋਸਟ ਭਰੀ ਸੀ ਜੀ ਉਸ ਟਾਈਮ ਡਿਸਟ੍ਰਿਕਟ ਕੇਡਰ ਤੇ ਆਰਮਡ ਕੇਡਰ ਦੀ ਚੁਆਇਸ ਮਿਲੀ ਹੋਣੀ ਜੀ ਆਪਾਂ ਉਸ ਟਾਈਮ ਭਰੀ ਹੈ ਜੀ ਤਾਂ ਤੁਹਾਡੀ ਚੋਇਸ ਦੇ ਰਿਕਾਰਡਿੰਗ ਇੱਕ ਨਿਊ ਲਿਸਟ ਆਵੇਗੀ ਜੀ ਸੈਕੰਡ ਲਿਸਟ ਕਹਿ ਸਕਦੇ ਆ ਉਹਦੇ ਵਿੱਚ ਸਿਰਫ ਜਿਹੜੇ ਬੱਚੇ ਸਿਲੈਕਟ ਹੋ ਚੁੱਕੇ ਨੇ ਉਹਨਾਂ ਦੀ ਲਿਸਟ ਆਵੇਗੀ ਜੀ ਇਹ ਉਹਦੇ ਵਿੱਚ ਸਾਰੀ ਡਿਟੇਲ ਦਿੱਤੀ ਜਾਵੇਗੀ ਤੇ ਉਹਨਾਂ ਕੇਡਰਾਂ ਦੇ ਵਿੱਚ ਉਹਨਾਂ ਦੀ ਠੀਕ ਹੈ ਜੀ ਭਰਤੀ ਹੋਵੇਗੀ ਤੇ ਬਾਕੀ ਜਿਹੜੇ ਕਟ ਨੰਬਰ ਵਾਲੇ ਨੇ ਆਪਾਂ ਸਭ ਨੂੰ ਪਤਾ ਜੀ ਉਹੀ ਨਿਰਾਸ਼ ਨਹੀਂ ਡਰਨ ਦੀ ਲੋੜ ਨਹੀਂ ਉਹਨਾਂ ਦੀ ਅਗਲੀ ਵਾਰ ਸਹੀ ਠੀਕ ਹੈ ਵੀ ਡਰਨ ਦੀ ਲੋੜ ਨਹੀਂ ਹੈਗੀ ਭਰਤੀਆਂ ਦਾ ਹੋਰ ਬਥੇਰੀ ਆਉਣਗੀਆਂ ਤੇ ਉਹਨਾਂ ਦਾ ਚਾਂਸ ਨਹੀਂ ਆਏਗਾ ਠੀਕ ਹੈ ਤੇ ਬਾਕੀ ਜਿੰਨੇ ਜਿਹੜੇ ਸਿਲੈਕਟ ਹੋਏ ਨੇ ਕੈਂਡੀਡੇਟ ਉਹਨਾਂ ਨੂੰ ਆਪਣੀ ਚੋਇਸ ਦੇ ਰਿਕਾਰਡਿੰਗ ਡਿਸਟ੍ਰਿਕਟ ਹੈਡਰ ਤੇ ਆਰਮਰ ਹੈਡਰ ਦੇ ਵਿੱਚ ਜਗ੍ਹਾ ਮਿਲ ਜਾਵੇਗੀ ਤੇ ਬਾਕੀ ਹੋਰ ਵੀ ਤੁਹਾਡੇ ਇਸ ਤੇ ਰਿਕਾਰਡਿੰਗ ਠੀਕ ਹੈ ਜੇ ਕੋਈ ਹੋਰ ਵੀ ਪ੍ਰਸ਼ਨ ਤੁਹਾਡੇ ਮਨ ਦੇ ਵਿੱਚ ਹੈਗਾ ਚਾਹੇ ਪੰਜਾਬ ਪੁਲਿਸ ਲਾ ਲਓ ਚਾਹੇ ਜੋਬ ਦੇ ਲਾ ਲਓ ਚਾਹੇ ਹੋਰ ਕੋਈ ਵਿਸ਼ਾ ਹੈ ਤਾਂ ਸਾਨੂੰ ਕਮੈਂਟ ਜ਼ਰੂਰ ਕਰ ਸਕਦੇ ਹੋ ਤੁਸੀਂ ਅਸੀਂ ਰਿਪਲਾਈ ਜ਼ਰੂਰ ਕਰਾਂਗੇ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪਣੇ ਚੈਨਲ ਨੂੰ